बुढ़ापा पेंशन निकल है, कांग्रेस पार्टी जान जा रही है। 10 साल तक की जिंदगी नहीं दी गरीब नु, 100-100 करके प्लाट खरी देन जा रही है। 500 रुपए का सिलेंडर, 300 यूनिट बिजली फ्री, ये कांग्रेस पार्टी के घोषणा पत्र से है। ये चीजा का लागू करेंगे। पर बड़े दायरे से देखिए ता भारतीय जनता पार्टी अपने प्रदेश के लायक नहीं है। मैं तुम्हें दसदा हरियाणा ते पंजाब भी की है एक ही हिस्सा। पंजाब ते अगर बीजेपी हावी नहीं हुई अज उन्हां दी जड़ा इत्थे ਉਹ ਫੈਣ ਦੀ ਕੋਸ਼ਿਸ਼ ਕਰ ਰਹੇ ਨੇ, ਇਹਨਾਂ ਜੜਾਂ ਨੂੰ ਖਤਮ ਕਰਨਾ ਹੈ। ਔਰ ਅੰਤਿਮ ਗੱਲ ਕਹਿੰਦਾ ਆ, ਤੁਹਾਨੂੰ ਤੁਹਾਡੇ ਭਰਾ ਤੇ ਭਰੋਸਾ ਹੈ, ਸ਼ਿਸ਼ਪਾਲ ਹੈ, ਤੁਹਾਡੇ ਸੁੱਖ ਦੁੱਖ ਦਾ ਸਾਥੀ ਜਦੋਂ ਤੁਸੀਂ ਕਿਹਾ ਉੱਥੇ ਤਿਆਰ ਸੀ। ਔਰ ਜਿਹੜਾ ਭਾਈ ਵਿਪਕਸ਼ ਦਾ ਮੇਲੇ ਸੀ ਥੋੜਾ ਬਹੁਤ ਕੋਟੇ ਚ ਆਇਆ, ਜਲਾਲਾ ਨੇ ਪਿੰਡ ਚ ਵੀ ਲਾਇਆ, ਪਰ 10 ਸਾਲ ਦੇ ਸ਼ਾਸਨ ਦੇ ਬਾਅਦ ਜਲਾਲਾ ਨੇ ਦੀ ਗਲੀਆਂ ਤੇ ਅਗਰ ਦੇਖੋ ਕਿੱਧਰ ਟੁੱਟੀ ਫੁੱਟੀ ਗਲੀਆਂ ਮੈਂ ਪਿੰਡਾਂ ਚ ਫਿਰਦਾ, ਸਾਰੇ ਕਹਿੰਦੇ ਗਲੀਆਂ ਗਲੀਆਂ ਦਾ ਹਾਲ ਦੇਖ ਲਓ। ਇਹ ਭਾਈ ਤੁਹਾਡੇ ਰਾਜ ਦੇ ਬਗੈਰ ਨਹੀਂ ਹੋਣਾ, ਬੀਜੇਪੀ ਨੇ ਤਾਂ ਹਿੰਦੂ ਮੁਸਲਮਾਨ ਕਰਕੇ ਕਰ ਦੇਣਾ ਹੈ। ਤਾਂ ਕਰਕੇ ਮੈਂ ਇਹ ਕਹਿ ਰਿਹਾ ਕਿ ਸਾਰੀ ਜਿਹੜੀ ਆਪਣੀ ਸਮੱਸਿਆ ਹੈ ਇਹਨਾਂ ਨੂੰ ਦੂਰ ਕਰਾਂਗੇ ਮਿਲ ਕੇ, ਤੇ ਤੁਸੀਂ ਆਪਣੇ ਭਰਾ ਨੂੰ ਆਪਣੇ ਬੱਚੇ ਨੂੰ ਆਸ਼ੀਰਵਾਦ ਦਿਓ ਔਰ ਇਹ ਤੋਂ ਵੱਧ ਤੋਂ ਵੋਟਾਂ ਨਾਲ ਜਿਤਾ ਕੇ ਭੇਜੋ। ਇਹਨਾਂ ਸਬਦਾਂ ਨਾਲ ਹੀ ਮੈਂ ਸਾਰੇ ਪਿੰਡ ਦਾ ਬਹੁਤ ਬਹੁਤ ਧੰਨਵਾਦ ਕਰਦਾ, ਬਹੁਤ ਬਹੁਤ ਧੰਨਵਾਦ। ਹੁਣ ਮੈਂ ਬਿਨਾਂ ਦੇਰੀ ਦੇ ਸਿੱਧੇ ਹੀ ਸਾਡੇ ਵੱਡੇ ਭਰਾ ਹਰਿਆਣਾ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਅਧਿਆਕਸ ਰਾਜਾ ਅਮਰਿੰਦਰ ਸਾਹਿਬ ਨੂੰ ਮੈਂ ਇਨਵਾਈਟ ਕਰਦਾ। ਬਹੁਤ ਹੀ ਸਤਿਕਾਰਯੋਗ ਜਲਾਲ ਵਾਲਾ ਪਿੰਡ ਦੇ ਮੇਰੇ ਬਜ਼ੁਰਗੋ, ਨੌਜਵਾਨ ਵੀਰੋ, ਸਾਡੀ ਮਾਤਾ ਜੀ ਬੈਠੇ ਤੇ ਪਿਆਰੇ ਬੱਚਿਓ, ਸਭ ਤੋਂ ਪਹਿਲਾਂ ਫਤਿਹ ਅਰਜ਼ ਕਰਦਾ, ਵਾਹਿਗੁਰੂ ਜੀ ਕਾ ਖਾਲਸਾ, ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਚੌਧਰੀ ਭਰਾਵਾਂ ਨੂੰ ਰਾਮ ਰਾਮ। ਬਹੁਤ ਹੀ ਸਤਿਕਾਰਯੋਗ ਸਾਡੇ ਕਾਂਗਰਸ ਪਾਰਟੀ ਦੇ ਉਮੀਦਵਾਰ MLA ਸ਼ੀਸ਼ਪਾਲ ਜੀ ਕੇਰਵਾਲਾ ਸਾਹਿਬ ਤੇ ਸਾਰੇ ਹੀ ਸਤਿਕਾਰਯੋਗ ਕਾਂਗਰਸ ਪਾਰਟੀ ਦੇ ਆਗੂ ਸਾਹਿਬਾਨ, ਮਾਫੀ ਚਾਹਾਂਗਾ ਅਗਰ ਕਿਸੇ ਦਾ ਨਾਂ ਰਹਿ ਗਿਆ ਤਾਂ ਫਿਰ ਅਗਲਾ ਗੁੱਸਾ ਕਰਦਾ, ਔਰ ਅਗਰ ਨਾ ਲਵਾਂਗਾ ਤਾਂ ਕਾਫੀ ਸਮਾਂ ਲੱਗ ਜਾਂਦਾ ਹੈ। ਆ ਯਾਰ ਤੇਰੀ ਨਾ ਆਵਾਜ਼ ਥੋੜੀ ਜੀ ਮਰਜ਼ੀ ਨੂੰ ਤਿੱਖੀ ਆਵਾਜ਼ ਤੇਰੀ ਬਾਸ ਹੈ ਰਹੀ ਹੋ, ਸੋ ਜਾਂ ਵੋਲੀਅਮ ਥੋੜੀ ਜੀ ਤੇਜ਼ ਕਰ ਦੇ ਯਾਰ, ਆਵਾਜ਼ ਉੱਚੀ ਕਰ ਦੇ। ਸੋ ਮੈਂ ਤੁਸੀਂ ਸਾਰੇ ਜਾਣਦੇ ਹੀ ਹੋ ਤਕਰੀਬਨ ਮੇਰਾ ਸ਼ੀਸ਼ਪਾਲ ਕੇਰਵਾਲਾ ਨਾਲ ਬਹੁਤ ਪੁਰਾਣਾ ਰਿਸ਼ਤਾ ਹੈ, 10-15 ਸਾਲ ਪੁਰਾਣਾ ਰਿਸ਼ਤਾ ਹੈ। ਮੈਂ ਆਲ ਇੰਡੀਆ ਯੂਥ ਕਾਂਗਰਸ ਦਾ ਪ੍ਰਧਾਨ ਹੁੰਦਾ ਸੀ ਤੇ ਸ਼ੀਸ਼ਪਾਲ ਕੇਰਵਾਲਾ ਜੀ ਨੂੰ ਮੈਂ ਆਲ ਇੰਡੀਆ ਦਾ ਸੈਕਟਰੀ ਬਣਾਇਆ ਸੀ, ਔਰ ਉਸ ਤੋਂ ਬਾਅਦ ਸ਼ੀਸ਼ਪਾਲ ਕੇਰਵਾਲਾ ਜੀ ਦਾ ਜਦੋਂ ਕੰਮਕਾਰ ਵੇਖਿਆ ਔਰ ਮੈਨੂੰ ਲੱਗਿਆ ਕਿ ਇਹ ਇੱਕ ਕਾਬਲ ਨੌਜਵਾਨ ਸਾਥੀ ਹੈ। ਰਾਹੁਲ ਗਾਂਧੀ ਉਸ ਵੇਲੇ ਸਾਡੀਆਂ ਮੀਟਿੰਗਾਂ ਅਟੈਂਡ ਕਰਿਆ ਕਰਦੇ ਸਨ, ਔਰ ਜਿਸ ਤਰਕ ਦੇ ਨਾਲ ਜਿਸ ਉਦਾਹਰਣ ਦੇ ਨਾਲ ਸ਼ੀਸ਼ਪਾਲ ਆਪਦੀ ਗੱਲ ਕਰਦਾ ਸੀ, ਮੈਨੂੰ ਇਹ ਅੰਦਾਜ਼ਾ ਸੀ ਕਿ ਇਹ ਵਿਅਕਤੀ ਇੱਕ ਨਾ ਇੱਕ ਦੇ ਵਧੀਆ ਲੀਡਰ ਬਣੇਗਾ। ਔਰ ਤੁਹਾਡੇ ਸਾਹਮਣੇ ਰਾਹੁਲ ਗਾਂਧੀ ਨੇ ਪਹਿਲੀ ਵਾਲੀ ਟਿਕਟ ਜਦੋਂ ਦਿੱਤੀ ਇਹ ਚੁਣਾਵ ਹਾਰੇ, ਦੂਜੀ ਵਾਰੀ ਚੁਣਾਵ ਜਿੱਤੇ, ਔਰ ਅੱਜ ਇਹ ਆਸਾਰ ਬਣੇ ਨੇ ਹੈ
ਅਸੀਂ ਵੀ ਜਿਹੜੇ ਲੀਡਰ ਹੁੰਦੇ ਹਾਂ, ਮੈਨੂੰ ਵੀ 25 ਸਾਲ ਦਾ ਰਾਜਨੀਤਿਕ ਤਜਰਬਾ ਹੈ। ਬਲਾਕ ਤੋਂ ਚੱਲਿਆ ਸੀ, ਦਰੀਆਂ ਵਿਛਾਇਆ ਕਰਦੇ ਸੀ। ਅੱਜ ਤਿੰਨ ਵਾਰੀ ਮੈਂ MLA ਜਿੱਤ ਗਿਆ, ਇੱਕ ਵਾਰੀ MP ਜਿੱਤ ਗਿਆ, 4 ਜ਼ਿੰਦਗੀ ਦੇ ਇਲੈਕਸ਼ਨ ਲੜੇ ਜਿੱਤੇ। ਸੋ ਇਹ ਤਜਰਬਾ ਹੈ ਕਿ ਸ਼ੀਸ਼ ਭਾਗ ਕੇ ਵਾਲਾ ਕਾਲਿਆਣੀ ਦੀ ਸੀਟ ਹਰਿਆਣਾ ਚ ਵੱਡਾ ਮਾਰਜਨ ਤੇ ਇਤਿਹਾਸ ਦਰਜ ਕਰਾਏਗੀ। ਹੋ ਸਕਦਾ ਕਿ ਹਰਿਆਣੇ ਦਾ ਕੋਈ ਵੀ ਲੀਡਰ ਇੰਨੇ ਵੱਡੇ ਮਾਰਜਨ ਨਾਲ ਨਾ ਜਿੱਤੇ ਜਿਹਦੇ ਨਾਲ ਤੁਹਾਡੀ ਕਿਰਪਾ ਦੇ ਨਾਲ ਸ਼ੀਸ਼ ਪਾ ਜਿੱਤੇ। ਫਿਰ ਮੈਨੂੰ ਜਲਾਲੇ ਵਾਲਾ ਪਿੰਡ, ਜਿਹਨੇ ਹਮੇਸ਼ਾ ਕਾਂਗਰਸ ਪਾਰਟੀ ਦੀ ਵੋਟ ਵਧਾਈ ਹੈ, ਤੁਹਾਡੇ ਸਾਹਮਣੇ ਸਿਰ ਝੁਕਦਾ ਕਿ ਕਿੰਨੇ ਚੰਗੇ ਤੇ ਪਾਣੇਦਾਰ ਲੋਕ ਇਸ ਨਗਰ ਦੇ ਹੋਣਗੇ। ਹੁਣ ਫੈਸਲਾ ਦੁਬਾਰਾ ਫਿਰ ਤੁਹਾਡੇ ਹੱਥ ਵਿੱਚ ਹੈ। ਅੱਜ ਦੇਸ਼ ਦੇ ਅੰਦਰ ਇਸ ਪ੍ਰਕਾਰ ਦੇ ਹਾਲਾਤ ਬਣਾ ਦਿੱਤੇ ਗਏ ਹੈ BJP ਸਰਕਾਰ ਨੇ, ਕੇਵਲ ਕੁਰਸੀ ਤੇ ਸੱਤਾ ਸਰਕਾਰ ਪਾਉਣ ਵਾਸਤੇ ਇਸ ਦੇਸ਼ ਦੇ ਲੋਕਾਂ ਨੂੰ ਲੜਾਇਆ ਜਾ ਰਿਹਾ। ਕਿਤੇ ਹਿੰਦੂ ਮੁਸਲਮਾਨ ਕੀਤਾ ਜਾ ਰਿਹਾ, ਕਿਤੇ ਮੰਦਿਰ ਤੇ ਗੁਰਦੁਆਰੇ ਦੀ ਗੱਲ ਕੀਤੀ ਜਾ ਰਹੀ ਹੈ, ਔਰ ਕਿਤੇ ਕਬਰਿਸਤਾਨ ਤੇ ਸ਼ਮਸ਼ਾਨ ਘਰ ਦੀ ਗੱਲ ਕੀਤੀ ਜਾ ਰਹੀ ਹੈ। ਜਾਣ ਬੁੱਝ ਕੇ ਜਿਹੜੀ ਮਨੋਰਿਟੀਜ਼ ਹੈ, ਵੱਖ ਵੱਖ ਥੋੜੇ ਅੱਗੇ ਸਿੱਖ ਜਾਂ ਕੋਈ ਹੋਰ ਮੁਸਲਮਾਨ ਹੈ ਜਾਂ ਕੋਈ ਹੋਰ ਧਰਮ ਹੈ, ਇਹਨਾਂ ਦੇ ਵਿੱਚ ਵੰਡੀਆਂ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਹਾਲਾਂਕਿ ਪੰਜਾਬ ਦੇ ਵਿੱਚ ਹਿੰਦੂਆਂ ਦਾ ਤੇ ਸਿੱਖਾਂ ਦਾ ਆਪਸ ਵਿੱਚ 9 ਮਾਸ ਦਾ ਰਿਸ਼ਤਾ ਹੈ, ਪਰ ਸਾਨੂੰ ਤਾਂ ਹਮੇਸ਼ਾ ਇਹੀ ਸਿਖਾਇਆ ਗਿਆ ਹੈ। ਮੈਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਮੰਨਦਾ, ਲੇਕਿਨ ਅਗਰ ਕੋਈ ਸਿੱਖ ਕਿਸੇ ਹਿੰਦੂ ਨਾਲ ਅਨਿਆਏ ਕਰੇਗਾ ਤਾਂ ਮੈਨੂੰ ਮੇਰੇ ਗੁਰੂ ਨੇ ਇਹ ਸਿਖਾਇਆ ਕਿ ਪਹਿਲਾਂ ਮੈਂ ਉਸ ਬੰਦੇ ਨਾਲ ਖੜਾ ਹੋਊਂਗਾ ਜਿਹਦੇ ਨਾਲ ਅਨਿਆਏ ਹੋਇਆ, ਨਾ ਕਿ ਮੈਨੂੰ ਮੇਰੇ ਗੁਰੂ ਨੇ ਸਿਖਾਇਆ ਕਿ ਤੂੰ ਆਪਣੇ ਪੱਗ ਵਾਲੇ ਭਰਾ ਨਾਲ ਖੜਾ ਹੋਏਗਾ। ਜਿੱਥੇ ਅਨਿਆਏ ਹੋਏਗਾ, ਚਾਹੇ ਉਹ ਦਲਿਤ ਭਰਾ ਹੋਏਗਾ, ਚਾਹੇ ਉਹ ਮੁਸਲਮਾਨ ਭਰਾ ਹੋਏਗਾ, ਗੁਰੂ ਦਾ ਅਸਲੀ ਸਿੱਖ ਉਹ ਹੈ ਜਿਹੜਾ ਅਨਿਆਏ ਦੇ ਖਿਲਾਫ ਆਪਣੀ ਆਵਾਜ਼ ਬੁਲੰਦ ਕਰਦਾ ਹੈ। ਔਰ ਇਹਨਾਂ ਲੋਕਾਂ ਨੇ ਸਾਨੂੰ ਵੰਡਣ ਦੀ ਕੋਸ਼ਿਸ਼ ਕੀਤੀ ਕਿ ਹਿੰਦੂ ਇੱਕ ਤਰਫਾ ਹੋ ਜਾਓ, ਸਿੱਖ ਇੱਕ ਤਰਫਾ ਹੋ ਜਾਓ। ਹਾਲਾਂਕਿ ਪੰਜਾਬ ਦੇ ਵਿੱਚ 84 ਹੋਇਆ, ਪੰਜਾਬ ਦੇ ਵਿੱਚ ਅੱਤਵਾਦ ਦਾ ਸਮਾਂ ਰਿਹਾ, ਉਸ ਵੇਲੇ ਵੀ ਸਾਡਾ ਭਾਈਚਾਰਾ ਕਾਇਮ ਰਿਹਾ, ਲੇਕਿਨ ਐਸੀ ਗੰਦੀ ਰਾਜਨੀਤੀ ਇਹ ਲੋਕ ਕਰਦੇ ਹੈ। ਕਿਸਾਨੀ ਅੰਦੋਲਨ ਦੇ ਵਿੱਚ ਇਹਨਾਂ ਦੀ ਮੈਂਬਰ ਆਫ ਪਾਰਲੀਮੈਂਟ ਦਾ ਜਿਹੜੀ ਐਕਟਰ ਹੈ ਉਹ ਇਹ ਕਿਹਾ ਕਿ ਜਿਹੜਾ ਕਿਸਾਨੀ ਅੰਦੋਲਨ ਸੀ ਇਹਦੇ ਵਿੱਚ ਬਲਾਤਕਾਰ ਹੋਇਆ, ਇਹ ਸਾਡੇ ਕਿਸਾਨਾਂ ਤੇ ਇਲਜ਼ਾਮ ਲਾਏ ਗਏ। ਔਰ ਮੈਨੂੰ ਯਾਦ ਹੈ ਜਦੋਂ ਕਿਸਾਨਾਂ ਨੇ ਕੇਸਰੀ ਰੰਗ ਦਾ ਝੰਡਾ ਜਿਹੜਾ ਸਾਡਾ ਗੁਰੂ ਦਾ ਰੰਗ ਹੈ ਜੇ ਉਹ ਲਾਲ ਕਿਲੇ ਤੇ ਲਹਿਰਾਤਾ ਤਾਂ ਇਹਨਾਂ ਨੇ ਕਿਹਾ ਕਿ ਇਹ ਖਾਲਿਸਤਾਨੀ ਹੈ, ਇਹ ਵੱਖਰਾ ਰਾਜ ਮੰਗਦੇ ਹੈ, ਉਹ ਸਾਡੇ ਗੁਰੂ ਦਾ ਰੰਗ ਹੈ, ਅਸੀਂ ਹਿੰਦੁਸਤਾਨੀ ਹਾਂ, ਅਸੀਂ ਹਿੰਦੁਸਤਾਨ ਦੀ ਖੈਰ ਮੰਗਦੇ ਹਾਂ। ਇਹਦਾ ਮਤਲਬ ਇਹ ਨਹੀਂ ਕਿ ਜੇ ਅਸੀਂ ਗੁਰੂ ਦੇ ਰੰਗ ਦਾ ਜਿਹੜਾ ਝੰਡਾ ਉੱਥੇ ਲਹਿਰਾਤਾ
ਤੇ ਅਸੀਂ ਖਾਲਿਸਤਾਨੀ ਹੋ ਗਏ। ਮੈਨੂੰ ਯਾਦ ਹੈ ਦੇਸ਼ ਦਾ ਪ੍ਰਧਾਨ ਮੰਤਰੀ ਪੰਜਾਬ ਆਇਆ ਸੀ ਤੇ ਪੰਜਾਬ ਦੇ ਕਿਸਾਨਾਂ ਨੇ ਉੱਥੇ ਧਰਨਾ ਲਾ ਲਿਆ, ਮੋਟਾ ਪਾ ਲਿਆ ਕਿ ਜਿੱਥੇ ਰੈਲੀ ਕਰਨ ਆਇਆ ਸੀ ਉੱਥੇ ਭੀੜ ਨਹੀਂ ਸੀ ਤੇ ਬਹਾਨਾ ਬਣਾਇਆ ਕਿ ਆਜ ਮੈਂ ਬਚ ਕੇ ਜਾ ਰਿਹਾ ਹੂੰ। ਮੇਰਾ ਮਤਲਬ ਪੰਜਾਬ ਦੇ ਲੋਕ ਮਾਰਨਾ ਚਾਹੁੰਦੇ ਨਹੀਂ, ਇਹ ਜਾਣ ਬੁੱਝ ਕੇ ਸਾਡੇ ਖਿਲਾਫ ਨਫ਼ਰਤ ਪੈਦਾ ਕੀਤੀ ਜਾ ਰਹੀ ਹੈ। ਸਰਦਾਰੋ, ਕਲਕੱਤੇ ਦੀ ਘਟਨਾ, ਇੱਕ ਕਲਕੱਤੇ ਦਾ IPS ਆਫਿਸਰ, ਇਹ ਵੀਡੀਓ ਆਈ ਸੀ ਸਾਡੇ ਟੈਲੀਫੋਨਾਂ ਤੇ, ਉਹਦੇ ਮੋਢੇ ਤੇ ਸ਼ੇਰ ਲੱਗਿਆ ਸੀ। ਕਲਕੱਤੇ ਸੇਵਾ ਨਿਭਾ ਰਿਹਾ, BJP ਦੀਆਂ ਅੰਦੋਲਨ ਕਰ ਰਹੀਆਂ ਦੋ ਔਰਤਾਂ ਨੇ ਉਹਨੇ ਰੋਕਿਆ ਤੇ ਉਹਨੂੰ ਕਿਹਾ ਕਿ ਆਪ ਤੋਂ ਖਾਲਿਸਤਾਨੀ ਹੋ। ਕਹਿਣ ਦਾ ਮਤਲਬ ਕਲਕੱਤੇ ਦੇ ਵਿੱਚ ਪਾਗਾਂ ਦੇ ਭਰਾ ਨੂੰ ਜਿਹੜਾ ਪੁਲਿਸ ਵਾਲਾ ਐਸੀ ਉਹਨਾਂ ਦੇ ਦਿਮਾਗ ਚ ਢਾਣੀ ਫਿੱਟ ਕਰ ਰਹੇ ਹੈ ਕਿ ਸਾਨੂੰ ਇਹ ਸਮਝਦੇ ਕਿ ਅਸੀਂ ਤਾਂ ਵੱਖਰਾ ਰਾਜ ਮੰਗਦੇ ਹਾਂ। ਸੋ ਮੇਰੀ ਤੁਹਾਨੂੰ ਬੇਨਤੀ ਹੈ, ਬੇਸ਼ੱਕ BJP ਦਾ 10 ਸਾਲ ਦਾ ਰਾਜ ਰਿਹਾ, ਲੇਕਿਨ ਕਾਂਗਰਸ ਪਾਰਟੀ ਨੇ ਹਮੇਸ਼ਾ ਸਿੱਖਾਂ ਦੀ ਬੜੀ ਗੱਲ ਕੀਤੀ ਹੈ। ਪਹਿਲਾ ਦੇਸ਼ ਦਾ ਰਾਸ਼ਟਰਪਤੀ ਸਿੱਖ ਯਾਨੀ ਜੈਲ ਸਿੰਘ ਬਣਾਇਆ, ਪਹਿਲਾ ਦੇਸ਼ ਦਾ ਪ੍ਰਧਾਨ ਮੰਤਰੀ ਸਿੱਖ ਮਨਮੋਹਨ ਸਿੰਘ ਬਣਾਇਆ, ਪਹਿਲਾ ਦੇਸ਼ ਦਾ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਥਾਂ ਤੇ ਬੂਟਾ ਸਿੰਘ ਬਣਾਇਆ, ਮਨਜੀਤ ਸਿੰਘ ਭਰਾ ਬਣਾਇਆ, ਮਨਦੇਵ ਸਿੰਘ ਆਲੂਵਾਲੀਆ ਬਣਾਇਆ, ਫੌਜਾਂ ਦਾ ਜਰਨੈਲ ਬਣਾਇਆ। ਅੱਜ ਪੱਗ ਵਾਲੇ ਸਿੱਖਾਂ ਦੀ ਇਹ BJP ਦੇ ਅੰਦਰ ਕੋਈ ਕਦਰ ਕੀਮਤ ਨਹੀਂ ਹੈ। ਸੋ ਮੈਂ ਆਪ ਨੂੰ ਬੇਨਤੀ ਕਰਨੀ ਚਾਹੁੰਦਾ ਸਾਰੇ ਲੋਕਾਂ ਨੂੰ ਕਿ ਸਮਾਂ ਆ ਗਿਆ, 10 ਸਾਲ ਸਰਕਾਰ ਤੁਸੀਂ BJP ਦੀ ਦੇਖੀ ਹੈ, ਕਾਂਗਰਸ ਪਾਰਟੀ ਦਾ ਰਾਜ ਦੇਖਿਆ, ਆਹ ਭਗਵੰਤ ਮਾਨ ਦਾ ਰਾਜ ਆਇਆ ਸਾਡੇ ਪੰਜਾਬ ਦੇ ਅੰਦਰ। ਆਮ ਆਦਮੀ ਪਾਰਟੀ ਨੇ ਵੀ ਆਪਦੇ ਬੰਦੇ ਖੜੇ ਕੀਤੇ ਹੈ, ਹੋਰ ਜਾਇਆ ਨਾ ਕਰੋ। ਪੰਜਾਬ ਦੇ ਲੋਕਾਂ ਨੇ ਇਹਨਾਂ ਨੂੰ ਵੋਟ ਨਹੀਂ ਪਾਈ, 13 ਸੀਟਾਂ ਚੋਂ ਕੇਵਲ 3 ਸੀਟਾਂ ਭਗਵੰਤ ਮਾਨ ਜਿੱਤਿਆ, 7 ਸੀਟਾਂ ਉੱਥੇ ਕਾਂਗਰਸ ਜਿੱਤੀ ਹੈ। ਆਹ ਲੰਬੀ ਦੇ ਵਿੱਚ ਖੁੱਡੀਆਂ ਸਾਹਿਬ ਮੰਤਰੀ ਹੈ, 22,000 ਵੋਟਾਂ ਦੇ ਫਰਕ ਨਾਲ ਆਪਦੇ ਹਲਕੇ ਚੋਂ ਖੁੱਡੀਆਂ ਸਾਹਿਬ ਹਾਰ ਗਿਆ। ਉਹਦਾ ਕਾਰਨ ਇਹ ਕਿ ਉੱਥੋਂ ਦੇ ਲੋਕਾਂ ਦੀ ਕੋਈ ਗੱਲ ਨਹੀਂ ਸੁਣੀ ਜਾ ਰਹੀ, ਔਰ BJP ਹਮੇਸ਼ਾ 1-2 ਸੀਟਾਂ ਪੰਜਾਬ ਚ ਲੈ ਕੇ ਜਾਂਦੀ ਸੀ। ਪਿਛਲੀ ਵਾਰੀ ਸਨੀ ਦਿਓਲ ਗੁਰਦਾਸਪੁਰ ਤੋਂ ਜਿੱਤਿਆ ਸੀ, ਹੁਸ਼ਿਆਰਪੁਰ ਵਾਲੀ ਸੀਟ ਤੇ ਜਿੱਤੇ ਸਨ, ਔਰ ਪਹਿਲੀ ਵਾਰੀ ਹੋਇਆ ਕਿ ਇਸ ਵਾਰ ਅਸੀਂ BJP ਦਾ ਖਾਤਾ ਵੀ ਪੰਜਾਬ ਚ ਖੁੱਲਣ ਨਹੀਂ ਦਿੱਤਾ, 1 ਵੀ ਸੀਟ BJP ਨੂੰ ਆਉਣ ਨਹੀਂ ਦਿੱਤੀ। ਮੇਰੀ ਆਪ ਨੂੰ ਬੇਨਤੀ ਕਰਨੀ ਚਾਹੁੰਦਾ ਕਿ ਇਸ ਵਾਰੀ ਐਸਾ ਹੋਣਾ ਚਾਹੀਦਾ, ਕੋਈ ਸਰਕਾਰ ਤਾਂ ਆਉਣੀ ਆਉਣੀ ਹੈ, ਜਿਹਨੂੰ ਮਰਜ਼ੀ ਪੁੱਛ ਲਓ ਤੁਹਾਡੀ ਸਰਕਾਰ ਆਈ ਪਈ ਹੈ, ਲੇਕਿਨ ਸਰਕਾਰ ਦਾ ਸਵਾਲ ਫੇਰ ਆਉਣਾ ਕਿ ਅਗਰ BJP ਆਵੇ 2 ਸਿਫਰਾਂ ਦਾ ਅੰਕੜੇ ਤੋਂ ਥੱਲੇ ਰਹਿਣ, 10 ਸੀਟਾਂ ਤੋਂ ਥੱਲੇ ਰਹਿਣ। ਅੱਜ ਸੱਤੇ ਵਾਲੇ ਦੱਸਣ ਲੱਗੇ ਹੈ, ਕਹਿੰਦੇ 60-70 ਸੀਟਾਂ ਕਾਂਗਰਸ ਪਾਰਟੀ ਜਿੱਤ ਸਕਦੀ ਹੈ। ਸੋ ਵੱਡੀ ਜਿੱਤ ਦੇ ਨਾਲ
ਕਾਂਗਰਸ ਪਾਰਟੀ ਅੱਗੇ ਵਧ ਰਹੀ ਹੈ। ਇਹ ਆ ਤੁਹਾਡਾ ਨੌਜਵਾਨ ਸਾਥੀ ਸ਼ੀਸ਼ ਪਾਲ ਕੇਰਵਾਲਾ, ਇਹ ਇਧਰ ਦੇ ਮੋਢੇ ਤੇ ਮੈਡਮ ਸ਼ੈਲਜਾ ਬੈਠੀ ਹੈ, ਇਧਰ ਦੇ ਮੋਢੇ ਤੇ ਹੁੱਡਾ ਸਾਹਿਬ ਬੈਠੇ ਹੈ, ਤੇ ਮਾੜਾ ਮੋਟਾ ਜਿਹੜਾ ਜਿੱਥੇ ਚ ਥਾਂ ਹੈ ਉੱਥੇ ਰਾਜਾ ਵਿੰਗ ਵੀ ਬੈਠਾ ਹੈ। ਇਹ ਗੱਲ ਯਾਦ ਰੱਖਿਓ, ਮੇਰੀ ਕਾਲੀ ਜੀਵ ਹੈ, ਮੈਂ ਵਿਖਾਉਣਾ ਤਾਂ ਨੀ ਜਲਾਵੇ ਕਹਿਣਗੇ ਸਾਨੂੰ ਕੀ ਭਾਵ ਸੌਦਾ ਸੀ ਕਰਕੇ, ਪਰ ਤੁਹਾਨੂੰ ਬੇਨਤੀ ਕਰਨੀ ਚਾਹਣਾ ਹੈ, ਇਹ ਗੱਲ ਕਿ ਇਹ ਮੁੰਡੇ ਨੇ ਸਭ ਤੋਂ ਵੱਡੇ ਫਰਕ ਨਾਲ ਮੇਰੇ ਭਰਾ ਨੇ ਜਿੱਤਣਾ, ਔਰ ਇਹਨੇ ਇਹਨੂੰ ਕੁਝ ਨਾ ਕੁਝ ਵੱਡਾ ਹਰਿਆਣੇ ਦੀ ਸਰਕਾਰ ਦੇ ਵਿੱਚ ਮਿਲਣਾ। ਮੇਰੀ ਗੱਲ ਅੱਜ ਯਾਦ ਰੱਖੋ, ਸੀਟ ਰਿਜ਼ਰਵ ਹੈ ਔਰ ਤਾਵੇ ਤਾਵੇ ਬੰਦੇ ਰਿਜ਼ਰਵ ਕੈਟਾਗਰੀ ਚੋਂ ਕਾਬਲ ਵਿਅਕਤੀ ਬਾਹਰ ਆਵੇ, ਉਹਦੇ ਚੋਂ ਇੱਕ ਸ਼ੀਸ਼ ਪਾਲ ਕੇਰ ਵਾਲਾ ਹੈ, ਤੁਹਾਡਾ ਇਲਾਕੇ ਦਾ ਭਰਾ ਹੋਣ ਵਾਲਾ ਹੈ। ਮੈਂ ਅੱਗੇ ਕਿਹਾ ਸੀ ਜਦੋਂ ਮੈਂ ਇਲੈਕਸ਼ਨ ਲੜਦਾ ਸੀ, ਮੈਂ ਕਿਹਾ ਬਾਦਲ ਵਾਲੇ ਸਾਰੇ ਮੰਗ ਲਿਓ, ਮੈਂ ਕੋਈ ਵੀ ਹਰੇਕ ਬਾਦਲ ਮੰਗ ਲਿਓ। ਉਹ ਕਹਿੰਦੇ ਮਨਪ੍ਰੀਤ, ਮੈਂ ਮਨਪ੍ਰੀਤ ਕਿਹੜਾ ਮਾਮਲੇ ਦਾ ਮੁੰਡਾ, ਇਹਨੂੰ ਵੀ ਮੰਗ ਦਿਓ। 4000 ਵੋਟਾਂ ਨਾਲ ਹਰਾਇਆ, ਕਿਉਂਕਿ ਬਾਦਲ ਆ ਰਲ ਜਾਂਦੇ। ਮੈਂ ਜਦੋਂ ਹਰਸਿਮਰਤ